ਸਾਡੇ ਤੇ ਬੰਦੇ ਥੰਮ ਜੇ ਤੁਸੀਂ ਕਹਿੰਦੇ ਹੋ ਵੀ ਸਿੱਖ ਕੌਮ ਦਾ ਆਹ ਹਾਲ ਹੈ ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਜੇ ਆਹ ਫਲ ਹੈ ਤੇ ਜੇ ਤੁਸੀਂ ਆਹ ਜਿਹੜਾ ਅੱਜ ਫਲ ਹੈ ਸਾਡਾ ਆ ਤੁਸੀਂ ਮੈਨੂੰ ਮਿਲ ਇੱਥੇ ਮਿਲਦੇ ਨੇ ਨਾ ਸੰਗਤ ਦੇ ਬੰਦੇ ਕਈ ਤੇ ਤੁਸੀਂ ਮੇਰੇ ਕੋਲ ਖੜ ਕੇ ਵੇਖਿਓ ਅਜੇ ਵੀ ਮੈਨੂੰ ਮਿਲਣ ਵਾਲੇ 60% ਉਹ ਆਉਣਗੇ ਸਿਰ ਬਹੁਤ ਦੁਖਦਾ ਗੋਡੇ ਬੜੇ ਦੁਖਦੇ ਆ ਮੋਢੇ ਬੜੇ ਦੁਖਦੇ ਆ ਆ ਕਾਹ ਜੀ ਪਾਸ ਪੂਸ ਹੋ ਜੇ ਮੁੰਡਾ ਬਸ ਇੱਕ ਕਰੀ ਆਹ ਗੱਲ ਹੈ ਇੱਥੇ ਖੜੀ ਹੈ ਜੇ 35-40% ਹੈ ਜਿਹੜੇ ਗੱਲ ਪਕੜ ਜਾਂਦੇ ਆ ਤੇ ਬਾਕੀ ਤੇ ਸਾਰੇ ਖੜੇ ਹੀ ਇੱਥੇ ਆ ਤੇ ਹੁਣ ਇਹ ਜੇ ਆਹ ਫਲ ਹੈ ਆਹ ਅੱਜ ਦਾ ਫਲ ਹੈ ਇੰਨੇ ਦੁਖੀ ਰਹਿੰਦੇ ਆ ਸਿੱਖ ਨਾ ਇਹਨਾਂ ਦੀ ਜ਼ਿੰਦਗੀ 'ਚ ਕੰਡੇ ਆਏ ਨਾ ਇਹਨਾਂ ਦੇ ਜ਼ਿੰਦਗੀ 'ਚ ਪਿਓ ਦਾ ਵੱਡਿਆ ਸਿਰ ਆਇਆ ਨਾ ਇਹਨਾਂ ਦੀ ਜ਼ਿੰਦਗੀ 'ਚ ਘਰ ਬਾਰ ਛੱਡਣਾ ਪਿਆ ਨਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਤਕਲੀਫਾਂ ਨਾ ਕੰਡੇ ਕੋਈ ਮੁਸੀਬਤ ਨਹੀਂ ਆਈ ਜੇ ਅੱਜ ਆਹ ਹਾਲ ਹੈ ਆਹ ਫਲ ਹੈ ਤੇ ਤਾਂ ਮੈਂ ਕਹਿੰਦਾ ਹੁੰਦਾ ਵੀ ਇਹ ਫਲ ਕਿਸੇ ਹੋਰ ਬੂਟੇ ਦਾ ਲੱਗਦਾ ਗੁਰੂ ਨਾਨਕ ਦਾ ਫਲ ਹੁੰਦਾ ਤੇ ਇਹੋ ਜਿਹਾ ਨਾ ਹੁੰਦਾ ਜੇ ਇਸ ਦਰਖਤ ਦੀ ਜੜ ਜਾਵੋਗੇ ਤੁਸੀਂ ਇਹ ਨਾ ਵੇਲ ਨੂੰ ਫੜੀ ਜਾਓ ਅੱਜ ਜਿਹੜੀ ਸਿੱਖੀ ਹੈ ਨਾ ਇਹ ਸਿੱਖੀ ਦੀ ਬੈਕ 'ਚ ਜਾਓਗੇ ਤੁਰੇ ਚੱਲੋ ਫੜੀ ਚੱਲੋ ਇੱਦਾਂ ਫੜਦੇ ਵੇਲ ਦੇ ਜਦੋਂ ਐਂਡ 'ਚ ਜਾਓਗੇ ਤੁਹਾਨੂੰ ਉੱਥੇ ਜੜ 'ਚ ਬੈਠਾ ਗੁਰੂ ਨਾਨਕ ਨਹੀਂ ਲੱਭਣਾ ਜੜ 'ਚ ਬੈਠਾ ਤੁਹਾਨੂੰ ਪੁਜਾਰੀ ਲੱਭੇਗਾ ਜਿਹਨੇ ਡਰਾਏ ਹੈ ਲਾਲਚ ਦਿੱਤੇ ਹੈ ਆਪਣੀਆਂ ਜੇਬਾਂ ਭਰੀਆਂ ਜਿਹਨੇ ਬੰਦੇ ਨੂੰ ਕਾਇਮ ਨਹੀਂ ਕੀਤਾ ਜੇ ਗੁਰੂ ਨਾਨਕ ਦੇ ਜੇ ਆਹ ਫਲ ਆ ਉਸ ਵੇਲ ਦਾ ਫਲ ਹੁੰਦਾ ਫਿਰ ਇਹ ਗੁਰੂ ਨਾਨਕ ਦੇ ਵੇਲ ਨੂੰ ਲੱਗਿਆ ਫਲ ਪਤਾ ਕਿਹੜਾ ਹੈ ਗੁਰੂ ਗੋਬਿੰਦ ਸਿੰਘ ਫਲ ਹੈ ਗੁਰੂ ਨਾਨਕ ਦੇ ਬੂਟੇ ਨੂੰ ਲੱਗਿਆ ਜਿਹੜਾ ਫਲ ਹੈ ਉਹ ਬਾਬਾ ਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਹੈ ਆਪਾਂ ਜਿਹੜੀ ਵੇਲ ਨੂੰ ਲੱਗੇ ਹਾਂ ਆਹ ਫਲ ਹੈ ਜਿਹੜਾ ਇਹ ਫਲ ਹੋਰ ਕਿਸੇ ਵੇਲ ਦਾ ਹੈ ਇਹ ਉਹ ਵੇਲ ਹੀ ਨਹੀਂ ਇਹ ਸਾਰਾ ਹੀ ਪੁੱਠਾ ਗੇੜਾ ਹੈ ਸਾਰਾ ਹੀ ਪੁੱਠਾ ਮੈਂ ਚੇਤਾ ਤੁਹਾਨੂੰ ਜੇ ਨਹੀਂ ਚੇਤਾ ਤੇ ਕਰਾਨਾ ਮੈਂ ਅਮਰੀਕਾ ਥੋੜ੍ਹੇ ਦਿਨ ਪਹਿਲਾਂ ਗਿਆ ਮੈਂ ਪਿੱਛੇ ਦੀਵਾਨ ਲੱਗੇ ਬੀੜ ਤਲਾਬ ਮੈਂ ਉੱਥੇ ਵੀ ਗੱਲ ਸੁਣਾਈ ਪਰਿਵਾਰ ਕਹਿੰਦਾ ਮੈਂ ਪ੍ਰਸ਼ਾਦਾ ਲੱਗਾ ਛਕਣ ਮੈਨੂੰ ਕਹਿੰਦੇ ਘਰ 'ਚ ਸਰੂਪ ਹੈ ਮਹਾਰਾਜ ਦਾ ਮੱਥਾ ਟੇਕ ਲਓ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਮੈਂ ਮੱਥਾ ਟੇਕਿਆ ਨਾਲ ਹੀ ਮੈਂ ਦਰਵਾਜ਼ਾ ਬੰਦ ਕਰਕੇ ਥੱਲੇ ਬਹਿ ਗਿਆ ਮੈਂ ਕਿਹਾ ਪ੍ਰਸ਼ਾਦਾ ਛਕ ਲੈਣੇ ਉਹ ਕਹਿੰਦੇ ਜੀ ਪ੍ਰਸ਼ਾਦਾ ਛਕਦਿਆਂ ਉਹ ਮੇਰੇ ਕੋਲ ਨੌਜਵਾਨ ਆ ਕੇ ਬਹਿ ਗਿਆ ਭਾਗ ਜਾਗ ਪਏ ਜੀ ਬੜੀ ਕਿਰਪਾ ਹੋ ਗਈ ਬਸ ਅੱਧਾ ਆ ਗਿਆ ਜੀ ਹੁਣ ਬਸ ਚੱਲੇ ਹਾਂ ਹਜ਼ੂਰ ਸਾਹਿਬ ਜਾਣਾ ਹੋ ਸਕਿਆ ਨਨਕਾਣਾ ਸਾਹਿਬ ਦਾ ਵੀ ਗੇੜਾ ਲੱਗ ਜਾਏ ਮੈਨੂੰ ਕਹਿੰਦੇ ਆ ਮੈਂ ਕਿਹਾ ਜੀ ਬੜੀ ਚੰਗੀ ਗੱਲ ਹੈ ਸੱਦਾ ਆ ਗਿਆ ਕਹਿੰਦੇ ਜੀ ਬਸ ਸੱਦਾ ਆ ਗਿਆ ਬੁਲਾ ਲਿਆ ਜਿਵੇਂ ਉਹ ਨਹੀਂ ਕਹਿੰਦੇ ਹੁੰਦੇ ਚਲੋ ਬੁਲਾਵਾ ਆਇਆ ਕਾਪੀ ਦੇ ਸਾਡੇ ਵਾਲੇ ਵੀ ਉਦਾਂ ਹੀ ਕਰਦੇ ਅੱਛਾ ਉਹ ਕਹਿੰਦੇ ਸੱਦਾ ਆ ਗਿਆ ਚੱਲੇ ਆ ਜੀ ਬਸ ਤਿਆਰੀਆਂ ਨੇ ਮੈਂ ਕਿਹਾ ਅੱਛਾ ਤਿਆਰੀਆਂ ਨੇ ਭਾਗ ਜਾਗ ਪਏ ਬਸ ਵਾਹ ਸ਼ੁਕਰ ਹੈ ਮਾਲਕ ਦਾ ਸੱਦ ਲਿਆ ਬਾਬੇ ਨੇ ਤੇ ਮੈਂ ਉਹਨਾਂ ਵੱਲ ਵੇਖਾਂ ਮੈਂ ਉਹਨਾਂ ਨੂੰ ਚਲੋ ਸਿੱਧੀ ਸੱਟ ਵੀ ਨਹੀਂ ਸੀ ਮਾਰਨਾ ਚਾਹੁੰਦਾ ਵੀ ਦਿਲ ਜਿਹਾ ਟੁੱਟ ਜਾਂਦਾ ਬੰਦੇ ਦਾ ਪਰ ਮੈਂ ਉਦਾਂ ਪੁੱਛ ਰਿਹਾ ਮੈਂ ਕਿਹਾ ਜੀ ਬੜੇ ਭਾਗ ਜਾਗ ਪਏ ਕਹਿੰਦੇ ਹਾਂ ਮੈਂ ਕਿਹਾ ਭਾਗ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਅੰਦਰ ਫਿਰ ਕਹਿੰਦੇ ਸਰੂਪ ਹੈ ਪੂਰਾ ਮੈਂ ਕਿਹਾ ਅੱਛਾ ਮੈਂ ਕਿਹਾ ਉਦੋਂ ਫਿਰ ਗੱਲ ਚੇਤਾ ਭੁੱਲ ਗਈ ਜਦੋਂ ਉਹਨਾਂ ਨੂੰ ਮੈਂ ਫਿਰ ਪੁੱਛਿਆ ਮੈਂ ਬਾਅਦ 'ਚ ਫਿਰ ਸੁੱਖ ਆਸਣ ਕਰੋਗੇ ਜਾਂ ਪ੍ਰਕਾਸ਼ ਕੌਣ ਕਰੇਗਾ ਕਹਿੰਦੇ ਸੁੱਖ ਆਸਣ ਰਹਿਣਗੇ ਮਹਾਰਾਜ ਅਸੀਂ 25 ਦਿਨਾਂ ਬਾਅਦ 3 ਕੁ ਵੀਕ ਦਾ ਪ੍ਰੋਗਰਾਮ ਹੈ ਮੁੜ ਆਉਣਾ ਮਹਾਰਾਜ ਦਾ ਸੁੱਖ ਆਸਣ ਕਰ ਜਾਣਾ ਕਮਰੇ ਵਿੱਚ 3 ਹਫ਼ਤਿਆਂ ਬਾਅਦ ਅਸੀਂ ਵਾਪਸ ਆ ਜਾਣਾ ਮੈਂ ਕਿਹਾ ਠੀਕ ਹੈ ਜੀ ਭੈਣ ਜੀ ਵਧੀਆ ਚਲੋ ਇੱਦਾਂ ਗੱਲ ਹੋਈ ਫਿਰ ਸਰੂਪ ਵੀ ਪੂਰਾ ਹਾਂ ਫਿਰ ਮੈਂ ਪੁੱਛਿਆ ਮੈਂ ਕਿਹਾ ਪ੍ਰੈਜੈਂਟ ਗੁਰੂ ਸਾਡਾ ਜਿਹੜਾ ਹੈ ਉਹ ਕੌਣ ਹੈ ਕਹਿੰਦੇ ਗੁਰੂ ਗ੍ਰੰਥ ਸ਼ਬਦ ਗੁਰਬਾਣੀ ਮੈਂ ਕਿਹਾ ਜੀ ਸੱਦਾ ਕਿਹਦਾ ਆਇਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਸੱਦਾ ਆਇਆ ਗੁਰੂ ਗ੍ਰੰਥ ਸਾਹਿਬ ਦਾ ਆਇਆ ਅੱਛਾ ਮੈਂ ਕਿਹਾ ਵੀ ਜਿਹਨੂੰ ਛੱਡ ਕੇ ਚੱਲੇ ਹੋ 25 ਦਿਨ ਜਿਹਨੂੰ ਹੱਥ ਨਹੀਂ ਲਾਉਣਾ ਜਿਹਨੇ ਸੁੱਖਾ ਸ ਨਹੀਂ ਪਿਆ ਰਹਿਣਾ ਇਹ ਕੌਣ ਹੈ ਗੁਰੂ ਗ੍ਰੰਥ ਸਾਹਿਬ ਤੇ ਮੈਂ ਕਿਹਾ ਬੀਬੀ ਸਾਡੇ ਤੇ ਕਈ ਅਸਥਾਨ ਇਦਾਂ ਦੇ ਹੈ ਅੰਮ੍ਰਿਤਸਰ ਜੇ ਰਾਤ ਵੇਲੇ ਉਹ ਜਿਹੜੀ ਸੇਵਾ ਜਿਹੜੀ ਕਰਨੀ ਹੈ ਉੱਥੇ ਕਈ ਭਾਈ ਨਹੀਂ ਵੀ ਭਾਈ ਪੜਦੇ ਬੀਬੀ ਨਹੀਂ ਪੜਦੀ ਅੰਮ੍ਰਿਤਸਰ ਵਾਲੇ ਦੱਸੋ ਇਦਾਂ ਹੀ ਨਾ ਜਿਹੜੀ ਰਾਤ ਨੂੰ ਸਫਾਈ ਦੀ ਸੇਵਾ ਹੈ ਬੀਬੀ ਨਹੀਂ ਅੰਦਰ ਵੜ ਸਕਦੀ ਬੰਦੇ ਜਾਣਗੇ ਪਜਾਮੇ ਲਾ ਕੇ ਬੰਦੇ ਜਾਣਗੇ
ਤੇ ਹਜ਼ੂਰ ਸਾਹਿਬ ਤੁਸੀਂ ਜਿਹੜੀ ਉਹ ਚਾਰ ਦੁਆਰੀ ਹੈ ਆ ਤੁਹਾਡੇ ਚੋਂ ਕੋਈ ਭੈਣ ਕਵੇ ਮੈਂ ਐਂਟਰ ਹੋਣਾ ਅੰਦਰ ਵੜਨਾ ਬਾਹ ਫੜ ਕੇ ਬਾਹਰ ਕੱਢ ਦੇਣਗੇ ਚੱਲ ਬੀਬੀ ਬਾਹਰ ਪਰ ਉਹ ਬੀਬੀ ਉੱਥੇ ਰੋਜ਼ ਪਾਠ ਵੀ ਕਰਦੀ ਹੈ ਹੱਥ ਵੀ ਲਾਉਂਦੀ ਪ੍ਰਕਾਸ਼ ਵੀ ਕਰਦੀ ਹੁਕਮਨਾਮਾ ਵੀ ਲੈਂਦੀ ਹੈ ਤੇ ਇੱਥੇ ਨੇੜੇ ਨਹੀਂ ਲੱਗਣ ਦਿੰਦੇ ਅਗਲੇ ਤੇ ਮੈਂ ਸੋਚਦਾ ਸੀ ਵੀ ਭਾਗ ਚੰਗੇ ਆ ਦੂਰ ਕਰਨ ਲੱਗੇ ਨੇ ਕਿ ਨੇੜੇ ਕਰਨ ਲੱਗੇ ਨੇ ਸਮਝ ਨਹੀਂ ਲੱਗੀ ਇਹ ਸਵਾਲ ਪੈਦਾ ਕਰੋ ਆਪਣੇ ਦਿਮਾਗ 'ਚ ਤੁਹਾਨੂੰ ਲੱਗਦਾ ਨਹੀਂ ਵੀ ਪੁਜਾਰੀ ਨੇ ਪੁੱਠਾ ਗੇੜਾ ਨਹੀਂ ਦਿੱਤਾ ਸਾਨੂੰ ਗਿਆਨ ਨੂੰ ਕੰਸਨਟ੍ਰੇਟ ਕਰਦਾ ਕਰਵਾਉਂਦਾ ਵੀ ਗਿਆਨ ਗੁਰਬਾਣੀ ਵੱਡੀ ਹੈ ਸਾਡੇ ਦਿਮਾਗ 'ਚ ਥਾਂ ਨਹੀਂ ਵਾੜ ਦਿੱਤੀ ਉਹਨੇ ਜਗ੍ਹਾ ਨਹੀਂ ਵਾੜ ਦਿੱਤੀ ਤੇਰੇ ਘਰ 'ਚ ਪਈ ਪੋਥੀ ਦੀ ਕਦਰ ਨਹੀਂ ਰਹੀ ਤੇਰੇ ਘਰ 'ਚ ਪਏ ਦੋ ਭਾਗਾਂ ਦੀ ਕਦਰ ਨਹੀਂ ਰਹੀ ਉਹਨੇ ਗੁਰਬਾਣੀ ਤੋਂ ਦੂਰ ਕਰਕੇ ਥਾਵਾਂ ਨਾਲ ਜੋੜਿਆ ਤੇ ਥਾਂ ਤੇ ਕਬਜ਼ਾ ਤੇਰਾ ਹੈ ਕਿ ਪੁਜਾਰੀ ਦਾ ਉੱਥੇ ਮਰਜ਼ੀ ਤੇਰੀ ਚੱਲੂ ਕਿ ਪੁਜਾਰੀ ਦੀ ਗੋਲਕ ਤੇਰੀ ਭਰੂ ਕਿ ਪੁਜਾਰੀ ਦੀ ਤੇ ਤੂੰ ਵਲੰਟੀਅਰ ਪੁਜਾਰੀ ਦਾ ਬਣਿਆ ਕਿ ਗੁਰੂ ਦਾ ਤੇ ਲੜਦਾ ਮਰਦਾ ਪੁਜਾਰੀ ਪਿੱਛੇ ਫਿਰਦਾ ਕਿ ਗੁਰੂ ਪਿੱਛੇ ਇਹ ਜੜ ਕਿਤੇ ਹੋਰ ਨਹੀਂ ਲੱਗਦੀ ਜਾ ਪੁੱਠਾ ਗੇੜਾ ਨਹੀਂ ਦੇਦਾ ਕਦੋਂ ਸਵਾਲ ਉੱਠਣਗੇ ਸਾਡੇ ਦਿਮਾਗ 'ਚ ਮੈਂ ਜਦੋਂ ਆ ਮੈਂ ਤੁਹਾਨੂੰ ਇੱਕ ਵਾਰ ਕਿਹਾ ਸੀ ਤਿੰਨ ਕੁ ਸਾਲ ਪਹਿਲਾਂ ਤਿੰਨ ਸਾਲ ਨਹੀਂ ਡੇਢ ਕੁ ਸਾਲ ਹੋਇਆ ਮੈਂ ਕਿਹਾ ਸੀ ਮੈਂ ਕੁਛ ਗੱਲਾਂ ਸਖਤ ਕਹਿਣੀਆਂ ਨੇ ਤੇ ਮੈਨੂੰ ਇਹ ਲੱਗਦਾ ਵੀ ਦੀਵਾਨ ਦਰਬਾਰ ਸਾਹਿਬ 'ਚ ਲਾਣਾ ਪਏਗਾ ਸਾਡੇ ਅੱਗੇ ਕੋਈ ਨਹੀਂ ਬਹਿਣ ਵਾਲਾ ਰਹਿਣਾ ਜਿਹੜੀਆਂ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਤੁਹਾਡੇ ਹਜ਼ਮ ਨਹੀਂ ਹੋਣੀਆਂ ਤੁਹਾਨੂੰ ਚੇਤਾ ਹੈ ਮੈਂ ਕਿਹਾ ਸੀ ਦੀਵਾਨ ਅਸੀਂ ਬੰਦ ਕਰ ਦੇਣੇ ਆ ਕਿਉਂਕਿ ਮੇਰੀ ਜ਼ਮੀਰ ਨਹੀਂ ਮੰਨਦੀ ਵੀ ਮੈਂ ਸਾਰੀਆਂ ਸੱਚ ਨੇ ਜਿਹੜੇ ਉਹ ਲੁਕੋ ਕੇ ਰੱਖਾਂ ਬੜਾ ਕੁਝ ਅੰਦਰ ਹੈ ਥੋੜਾ ਥੋੜਾ ਕੱਢਿਆ ਬਾਹਰ ਵੀ ਭਾਈ ਜੇ ਤੁਹਾਡੇ ਹਜ਼ਮ ਹੁੰਦਾ ਪਚਦੀ ਹੈ ਤੇ ਪਚਾਓ ਤੁਹਾਨੂੰ ਗਲਤ ਰਸਤੇ ਪਾਇਆ ਸਾਨੂੰ ਉਲਝਾਇਆ ਸਾਡਾ ਬੇੜਾ ਗਰਕ ਕੀਤਾ ਪੁਜਾਰੀ ਸੋਚ ਨੇ ਸੱਤਿਆ ਨਾਸ ਮਾਰਿਆ ਸਾਡੀ ਕੌਮ ਦਾ ਜੇ ਕਹਿੰਦਾ ਗੁਰਬਾਣੀ ਮਹਾਨ ਹੈ ਗੁਰਬਾਣੀ ਗਿਆਨ ਵੱਡਾ ਹੈ ਤੇ ਫਿਰ ਹਰ ਸਿੱਖ ਨੇ ਘਰ 'ਚ ਪੋਥੀ ਦਾ ਵੀ ਸਤਿਕਾਰ ਕਰਨਾ ਸੀ ਪਿੰਡ ਵਾਲੇ ਗੁਰਦੁਆਰੇ ਜਿੱਥੇ ਹੁਕਮਨਾਮਾ ਲੈ ਸਕਦਾ ਹੈ ਉੱਥੇ ਖੜ ਕੇ ਯਾਤਰਾ ਚੱਲਿਆ ਸਿੱਖ ਅਰਦਾਸ ਕਰਦਾ ਮਹਾਰਾਜ ਸੁੱਖ ਸੁੱਖਾਂ ਨਾਲ ਜਾਈਏ ਤੇ ਸੁੱਖ ਸੁੱਖਾਂ ਨਾਲ ਮੁੜ ਕੇ ਘਰ ਆਈਏ ਸਾਡੇ ਤੇ ਕਿਰਪਾ ਰੱਖਿਓ ਖੁੱਲੇ ਦਰਸ਼ਨ ਹੋ ਜਾਣ ਸਾਨੂੰ ਤੇ ਕਿਹਨੂੰ ਕਹਿੰਦੇ ਨੇ ਭਲਾ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਨ ਕਿਤੇ ਚੱਲੇ ਨੇ ਤੇ ਉਹ ਕਹਿਣਗੇ ਮਰਜ਼ਾ ਕਰ ਲੈ ਫਿਰ ਆ ਜਾ ਇੱਥੇ ਬਹਿ ਮੇਰੇ ਕੋਲ ਸਵੇਰੇ ਹੁਕਮਨਾਮਾ ਹੁੰਦਾ ਆਉਣਾ ਤੂੰ ਸਵੇਰੇ ਚੌਰ ਕੀਤਾ ਹੀ ਕਦੀ ਪਾਠ ਸੁਣਿਆ ਕਦੇ ਤੂੰ ਆ ਕੇ ਇੱਥੇ ਲਈ ਤਰਸਦਾ ਹੈ ਇੱਥੇ ਕਿਉਂ ਨਹੀਂ ਵੜਦਾ ਤੂੰ ਥਾਂ ਨਾਲ ਜੁੜਿਆ ਤੂੰ ਜਗ੍ਹਾ ਨਾਲ ਜੁੜਿਆ ਤੇ ਜਗ੍ਹਾ ਦੇਹ ਨਾਲ ਜੁੜੀ ਹੈ ਤੇ ਸਿੱਖ ਦੇਹ ਦਾ ਪੁਜਾਰੀ ਸੀ ਕਿ ਗਿਆਨ ਦਾ ਬੋਲੋ ਸ਼ਬਦ ਦਾ ਪੁਜਾਰੀ ਸੀ ਕਿ ਦੇਹ ਦਾ ਤੇ ਫਿਰ ਹੋਇਆ ਕੀ ਤੇ ਜੇ ਦੇਹ ਨਾਲ ਜੁੜੋਗੇ ਜੇ ਟੀਚਰ ਦੀ ਦੇਹ ਨਾਲ ਜੁੜੋਗੇ ਤੇ ਜਿਹੜਾ ਟੀਚਰ ਦੀ ਦੇਹ ਨਾਲ ਜੁੜੇ ਜਿਹੜਾ ਬੰਦਾ ਟੀਚਰ ਦੀਆਂ ਘਰ ਦੀਆਂ ਪ੍ਰਕਰਮਾਂ ਕਰਦਾ ਰਹੇ ਉਹਦੀ ਫੋਟੋ ਲਾ ਲਵੇ ਉਹਨੂੰ ਉਹਦੀ ਦੇਹ ਨਾਲ ਹੀ ਜੁੜ ਜਾਏ ਤੇ ਐਜੂਕੇਸ਼ਨ ਲਵੇ ਨਾ ਗਿਆਨ ਲਵੇ ਨਾ ਬੱਚਾ ਪਾਸ ਹੋ ਸਕਦਾ ਤੇ ਟੀਚਰ ਕਹੇਗਾ ਮਰ ਜਾ ਮੇਰਾ ਨਾਮ ਖਰਾਬ ਕਰਤਾ ਤੂੰ ਫੇਲ ਹੋ ਗਿਆ ਮੇਰਾ ਜਲੂਸ ਕਢਾਤਾ ਤੂੰ ਪਾਸ ਹੋ ਕੇ ਵਿਖਾਉਂਦਾ ਜੇ ਤੂੰ ਪਾਸ ਹੁੰਦਾ ਤੇ ਤੇਰੇ ਉੱਤੇ ਮੈਨੂੰ ਮਾਣ ਹੁੰਦਾ ਨਾਲੇ ਤੇਰਾ ਨਾਮ ਬਣਦਾ ਨਾਲੇ ਜ਼ਿੰਦਗੀ ਦੀ ਬਾਜ਼ੀ ਜਿੱਦਣ ਜਿੱਤੋਗੇ ਉਦਣ ਗੁਰੂ ਨਾਨਕ ਦਾ ਨਾਮ ਬਣੇਗਾ ਉਦਣ ਗੁਰੂ ਗੋਬਿੰਦ ਸਿੰਘ ਦਾ ਨਾਮ ਬਣੇਗਾ ਉਦਣ ਗੁਰੂ ਅਰਜਨ ਦੇਵ ਜੀ ਦਾ ਨਾਮ ਬਣੇਗਾ ਉਦਣ ਕਬੀਰ ਜੀ ਦਾ ਨਾਮ ਬਣੇਗਾ ਜਿੱਦਣ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਂਗੇ ਅਸੀਂ ਤੇ ਹਾਰ ਚੱਲੇ ਹਾਂ ਅਸੀਂ ਤੇ ਆਪਣੇ ਟੀਚਰਾਂ ਦਾ ਨਾਮ ਬਦਨਾਮ ਕਰ ਦਿੱਤਾ ਤੁਹਾਨੂੰ ਪੜ੍ਹਾਇਆ ਕਿੰਨੇ ਹੈ ਕੱਖ ਵੀ ਨਹੀਂ ਪਤਾ ਉੱਥੇ ਫਿਰ ਸਾਨੂੰ ਇਹ ਲੱਗਦਾ ਵੀ ਸਾਡਾ ਸਾਡਾ ਸਾਰਾ ਕੁਝ ਹੀ ਹੈ ਜਿਹੜਾ ਇਹ ਕਿਸੇ ਦਾ ਦਿੱਤਾ ਹੋਇਆ ਸਾਡਾ ਆਪਣਾ ਜੋ ਗੁਰਬਾਣੀ ਨੇ ਦੱਸਿਆ ਸੀ ਅੱਲਾ ਏਕ ਮਸੀਤ ਬਸਤ ਹੈ ਅਮਰ ਮੁਲਕ ਕਿਸ ਕੇ ਰਾ ਓਏ ਓ ਮੁਸਲਮਾਨ ਭਰਾਵੋ ਅੱਲਾ ਜੇ ਮਸੀਤ ਵਿੱਚ ਵਸਦਾ ਤੇ ਬਾਕੀ ਦੁਨੀਆ ਕਿਹਦੀ ਹੈ ਤੇ ਸਾਡਾ ਬਾਬਾ ਸ਼ਹਿਰ ਵਸਾ ਰਿਹਾ ਪਿੰਡ ਵਸਾ ਰਿਹਾ ਉਹ ਮੱਥੇ ਟੇਕਣ ਵਾਲੀਆਂ ਜਗ੍ਹਾ ਨਹੀਂ ਬਣਾ ਰਿਹਾ ਉਹ ਤੇ ਪਿੰਡ ਵਸਾ ਰਿਹਾ ਉਹ ਲੋਕਾਂ ਨੂੰ ਵਸਾ ਰਿਹਾ ਬਣਾ ਰਿਹਾ ਇਦਾਂ ਦੇ ਉਹ ਤੇ ਕਹਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਗੋਬਿੰਦ ਬਿਨ ਨਹੀਂ ਕੋਈ, ਸਾਰਾ ਹੀ ਪਰਮਾਤਮਾ ਹੈ, ਤੂੰ ਵੀ ਪਰਮਾਤਮਾ ਦੀ ਅੰਸ਼ ਹੈ। ਤੇ ਕਿੰਨੀ ਵਧੀਆ ਸੋਚ ਦਿੱਤੀ ਸਾਨੂੰ। ਪਰ ਸਾਡਾ ਜੇ ਧਿਆਨ ਗੁਰਬਾਣੀ ਚ ਹੁੰਦਾ, ਗਿਆਨ ਵਾਲੇ ਪਾਸੇ ਹੁੰਦਾ ਤੇ ਪਤਾ ਲੱਗਦਾ। ਤੇ ਸਾਡੇ ਤੇ ਦਿਮਾਗ ਵਿੱਚ ਹੀ ਇਹ ਚੀਜ਼ਾਂ ਵਾੜੀਆਂ। ਉਹ ਯਾਰੋ ਆਪਣੇ ਪਿੰਡ ਦੇ ਵਿੱਚ ਪਏ ਸਰੂਪ ਨੂੰ ਲੈ ਕੇ ਜਾਓ ਇਤਿਹਾਸਕ ਸਥਾਨ ਤੇ, ਉਸੇ ਸਰੂਪ ਨੂੰ ਮੱਥਾ ਟੇਕਣ ਲਈ ਪੰਜ ਪੰਜ ਘੰਟੇ ਲੈਣ 'ਚ ਖੜੇਗਾ, ਇਹ ਆਪ ਵੀ ਲੈਣ 'ਚ ਖੜਾ ਹੈ। ਤੇ ਜਿੱਦਣ ਇਹਦੇ ਘਰੇ ਸੀ ਉਦਣ ਇਹਨੇ ਮੱਥਾ ਵੀ ਨਹੀਂ ਟੇਕਿਆ। ਜਗ੍ਹਾ ਵੱਡੀ ਕੀਤੀ ਹੈ, ਗੁਰਬਾਣੀ ਵੱਡੀ ਨਹੀਂ ਕੀਤੀ, ਦਿਮਾਗ ਵਿੱਚ ਜਗ੍ਹਾ ਵੱਡੀ ਕਰਤੀ। ਤੇ ਵੱਡੀ ਜਗ੍ਹਾ ਤੇ ਬੰਦਾ, ਹੁਣ ਤੁਹਾਡੀ ਜੇਬ 'ਚ 2000 ਦਾ ਵੀ ਨੋਟ ਹੋਵੇ, ਇੱਕ 500 ਦਾ ਹੋਵੇ, ਇੱਕ 100 ਦਾ ਹੋਵੇ, ਸਭ ਤੋਂ ਵੱਡੇ ਅਸਥਾਨ ਤੇ ਜਾਓ ਤੇ ਨੋਟ ਕਿਹੜਾ ਕੱਢੋਗੇ? 2000 ਦਾ। ਅਗਲਾ ਕਹਿੰਦਾ ਯਾਰ ਇੱਥੇ ਤੇ ਘੱਟ ਨਹੀਂ ਦੇਖਣਾ, ਐਡੀ ਦੂਰ ਆਏ ਆ, ਜਿੱਡਾ ਵੱਡਾ ਨੋਟ ਉਹ ਕਰੇਗਾ। ਤੇ ਵੱਡਾ ਉਹਨੇ ਜਗ੍ਹਾ ਤਾਂ ਬਣਾ ਦਿੱਤੀ, ਗੁਰਬਾਣੀ ਜੇ ਵੱਡੀ ਹੋ ਗਈ। ਗੁਰਬਾਣੀ ਤੇ ਕੁਛ ਵੀ ਨਹੀਂ ਮੰਗਦੀ ਯਾਰ ਤੇਰੇ ਤੋਂ, ਪੋਥੀ ਖੋਲੇਗਾ ਪੜ੍ਹੇਗਾ, ਨਾ ਟਾਈਮ ਲੱਗਦਾ ਨਾ ਖਰਚਾ ਲੱਗਦਾ ਹੈ। ਤੇਰੇ ਸੀਰੀ ਰਲੇ ਮੇਰੇ ਵੀਰ ਹੈ ਕਈ, ਉਹਨਾਂ ਨੇ ਸਾਰੀ ਜ਼ਿੰਦਗੀ ਹਜ਼ੂਰ ਸਾਹਿਬ ਨਹੀਂ ਵੇਖਿਆ, ਯਾਤਰਾ ਨਹੀਂ ਕੀਤੀ। 15 ਦਿਨ ਛੁੱਟੀ ਕਿਹੜਾ ਕਰੇ, ਮਜ਼ਦੂਰ 15 ਦਿਨ ਜਾ ਨਹੀਂ ਸਕਦਾ। ਇੱਥੇ ਕਈ ਬੰਦੇ ਚੌੜੇ ਹੋ ਕੇ ਕਹਿੰਦੇ ਆ ਹਰ ਮਹੀਨੇ ਜਾਈਦਾ ਜੀ, ਬਾਬਾ ਜੀ ਸੱਦ ਲੈਂਦੇ ਹਰ ਮਹੀਨੇ, ਮਹਾਰਾਜ ਜੀ ਸੱਦਾ ਆ ਜਾਂਦਾ, ਏਦਾਂ ਕਹਿੰਦੇ ਨਾ, ਹਰ ਮਹੀਨੇ, ਕਈ ਹਫ਼ਤੇ ਬਾਅਦ, ਹਰ ਹਫ਼ਤੇ, ਹਰ ਐਤਵਾਰ, ਹਰ ਮਹੀਨੇ ਦੇ ਮਹੀਨੇ ਜਾਂਦੇ ਆ। ਪਰ ਉਹ ਬੰਦੇ ਤੁਹਾਡੇ ਮੂੰਹ ਵੱਲ ਵੇਖ ਕੇ ਇਦਾਂ ਹੀ ਸੋਚੀ ਜਾਂਦੇ ਆ, ਕਿੱਡੇ ਭਾਗਾਂ ਵਾਲੇ, ਅਸੀਂ ਤੇ ਮਾੜੇ ਪ੍ਰਸ਼ਾਦ ਲਿਆ ਦਿਓ ਜੀ ਸਾਨੂੰ ਉੱਥੋਂ, ਅਸੀਂ ਤੇ ਜਾ ਨਹੀਂ ਸਕਦੇ। ਕੋਈ ਪਿੰਨੀ ਪ੍ਰਸ਼ਾਦ ਚੱਕੀ ਲਿਆਉਂਦਾ, ਕੋਈ ਫੁੱਲੜੀਆਂ ਚੱਕੀ ਲਿਆਉਂਦਾ, ਅਗਲਾ ਖਾ ਕੇ ਮੱਥੇ ਨੂੰ ਲਾਉਂਦਾ, ਸ਼ੁਕਰ ਹੈ ਅਸੀਂ ਨਹੀਂ ਜਾ ਸਕੇ। ਪਰ ਜੇ ਗੁਰਬਾਣੀ ਨਾਲ ਜੋੜਿਆ ਹੁੰਦਾ, ਮੇਰੇ ਘਰ 'ਚ ਕੰਮ ਕਰਨ ਵਾਲਾ ਸੀਰੀ ਵੀ ਸੀ ਨਾ ਜਿਹੜਾ, ਉਹਨੇ ਵੀ ਆਖਣਾ ਸੀ ਮੈਂ ਵੀ ਭਾਗਾ ਵਾਲਾ ਹੀ ਹਾਂ, ਫੋਨ ਖੋਲੀਦਾ ਤੇ ਸ਼ਬਦ ਪੜ੍ਹ ਲਈਦੇ ਨੇ, 5 ਸ਼ਬਦ ਰੋਜ਼ ਪੜ੍ਹ ਕੇ ਅਰਥ ਪੜ੍ਹ ਲਈਦੇ, ਨਜ਼ਾਰਾ ਜਿਹਾ ਆ ਜਾਂਦਾ। ਆਖੋ ਸਤਨਾਮ ਸ੍ਰੀ ਵਾਹ। ਗੁਰਬਾਣੀ ਨਹੀਂ ਵੱਡੀ ਕੀਤੀ ਇਹਨਾਂ, ਬੜੀ ਤਰੀਕੇ ਦੇ ਨਾਲ ਸਾਡਾ ਬੇੜਾ ਗਰਕ ਕੀਤਾ।